हाँ जी आओ थोनू असी बठिंडे दे किसान मेले ते लै चलदे आ ते उत्थे किसान मेले दे उत्ते जिहड़ी स्टाल एक लगी है साडी डाक्टर साहिबानां दी ते एक जिहड़ा अपना मलकाणा पिंड दे विच्चों ये साडे वीर है बब्बू सिंह इन्हां दा जिहड़ा नरमा सीगा तुसीं काफ़ी वीडियो वायरल होई सीगी जिहड़ी दो किल्यां दे विच नरमा सीगा ये किसान भरा दी पूरी तैयारी सी भी मैं उह नरमे दा खेत है जिहड़ा वाह दिआं उस नूं मिट्टी दे विच मिला दिआं पर जदों किसान फसल बीजदा है वो फसल नहीं बीजदा एक अपने सुपने ही बीजदा हुंदा ते जे वह फसल वाही जांदी तां उहदे जिहड़े सुपने सारे ऐस तैस हो जाने सी तबाह हो जाने सी ते साडे एक जिहड़े डाक्टर साहब ने उहनां नूं एक सुझाअ दित्ता भी किसान भरा नूं कहा भी तूं हौसला रख ये तेरा जिहड़ा नरमा है असी तैनू पाल के देवांगे असी तैनू इस तो वधिया झाड़ लैके देवांगे जिन्नी भी जिम्मेवारी हुई साडी असी आपदे ढंग नाल स्प्रे करावांगे जे तां इहदे विच्चों झाड़ तैनू वधिया मिले तैनू पसंद लग्या तां फिर तू रख ली नहीं तां असी नरमा सारा असी आपे लै जांगे चुक के आपे तेरा खर्चा तैनू मिल जूगा ये साडे डाक्टर साहब ने उहनां नूं भरोसा दित्ता ते उह साडे जिहड़े डाक्टर साहब इत्थे खड़े आ ते आपां उहनां दे नाल गल्लबात करदे आ। सति श्री अकाल डाक्टर साहब, सब तो पहला तुसीं अपना नाम ते अपनी जानकारी दसो कित्थे जॉब तुसीं करदे हो कित्थे तुहाडी ड्यूटी सी। बलजीत सिंह बराड़, मैं मॉडर्न क्रॉप केयर कैमिकल दा MD। ठीक है जी। मैं इस लाइन च 1983 दा काम करदा, 2015 तो मैं साडा असी आपदा मॉडर्न क्रॉप केयर कंपनी चला रहे हैं। ठीक है जी। ते तकरीबन कॉटन दे प्रति तां मैं ना भी ਮੈਨੂੰ ਵੇਲਾ ਵੀ ਮੇਰੇ ਨਾਲ ਦੇ ਮੇਰੀ 66 ਸਾਲ ਉਮਰ ਹੋ ਗਈ। ਹਾਂਜੀ ਹਾਂਜੀ। ਨਾ ਅੱਜ ਕੱਲ ਕੋਈ ਖੇਤੀਬਾੜੀ ਦੁਕਾਨ ਵਾਲਾ ਰਿਹਾ। ਠੀਕ ਹੈ। ਨਾ ਖੇਤੀਬਾੜੀ ਮਹਿਕਮੇ ਵਾਲਾ ਰਿਹਾ। ਠੀਕ ਹੈ। 58 ਸਾਲ ਤੇ ਰਿਟਾਇਰ ਹੋਏ। ਠੀਕ ਹੈ ਠੀਕ। ਇਹਦੇ ਬਾਰੇ ਮੈਨੂੰ ਬੜਾ ਬਰੀਕੀਆਂ ਨਾਲ ਪਤਾ ਹੈ। ਠੀਕ ਜਦੋਂ ਤੋਂ ਪਹਿਲਾਂ ਇਹ 70 ਤੋਂ 80 ਤੱਕ ਵੀ ਗੁਲਾਬੀ ਸੁੰਡੀ ਪਹਿਲਾਂ ਪੈਂਦੀ ਹੁੰਦੀ। ਹਾਂਜੀ ਹਾਂਜੀ ਹਾਂਜੀ। ਉਦੋਂ ਅਸੀਂ ਜਦੋਂ ਪੜ੍ਹ ਕੇ ਆਉਂਦੇ ਤੇ ਛੋਟੇ ਛੋਟੇ ਜਾਂਦੇ ਖੇਤ ਤੇ ਉਦੋਂ ਵੀ ਘਰਦਿਆਂ ਨੂੰ ਨਾਲ ਸਾਰੀ ਫੈਮਿਲੀ ਨਰਮਾ ਚੋਦੀ ਹੁੰਦੀ ਸੀ। ਠੀਕ ਹੈ ਜੀ ਠੀਕ। ਚਲ ਦੋ ਰੁਕ ਭਰ ਕੇ ਫੜਾ ਦੇ ਕੇ ਝੋਲੀ ਦੇ ਉਦੋਂ ਦੇ। ਠੀਕ ਹੈ। ਤੇ 83 ਤੋਂ ਬਾਅਦ ਆ ਗਈ ਅਮਰੀਕਨ ਸੁੰਡੀ। ਜਦੋਂ ਅਮਰੀਕਨ ਸੁੰਡੀ ਆ ਗਈ ਤੇ ਉਸ ਤੋਂ ਬਾਅਦ ਜਦੋਂ ਅਗਲੀਆਂ ਸਪਰੇਆਂ ਆਈਆਂ ਨਵੀਆਂ ਸਿੰਥੈਟਿਕ ਫੈਨਬਲ ਸੈਪਰ ਅਲਫਾ ਤੇ ਇਹਦੇ ਵਿੱਚ ਇਹ ਕੁੱਟੀ ਗਈ। ਠੀਕ ਠੀਕ ਜੀ। ਜੇ ਲੜਾਈ ਹੋ ਜਾਏ ਜਿਵੇਂ ਵਿਚੋਲਾ ਲੜਾਈ ਦੇ ਵਿੱਚ ਕੁੱਟਿਆ ਜਾਂਦਾ ਹੁੰਦਾ। ਇਹ ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਤੁਹਾਡੀ, ਬੜੀ ਵਧੀਆ ਗੱਲ ਹੈ। ਡਾਕਟਰ ਸਾਹਿਬ ਕਹਿ ਰਹੇ ਆ ਵੀ ਜਦੋਂ ਅਸੀਂ ਸਕੂਲੋਂ ਆਉਂਦੇ ਸੀ ਕਹਿੰਦੇ ਵੀ ਇੱਕ ਤਾਂ ਡਾਕਟਰ ਜਿਹੜਾ ਇਕੱਲਾ ਪੜ੍ਹ ਕੇ ਬਣਦਾ ਤੇ ਇੱਕ ਨਾਲ ਤਜਰਬੇ ਦੇ ਬਣਦਾ। ਇਹ ਕਹਿੰਦੇ ਵੀ ਜਦੋਂ ਅਸੀਂ ਸਕੂਲੋਂ ਆਉਂਦੇ ਸੀ ਆਉਂਦੇ ਸਾਰ ਹੀ ਮਾਪੇ ਲੈ ਜਾਂਦੇ ਸੀ ਖੇਤ ਆਪਾਂ ਜਾ ਕੇ ਨਰਮਾ ਚੁਗਣਾ। ਇਹਨਾਂ ਨੇ ਨਰਮਾ ਚੁਗਿਆ ਵੀ ਇਹ ਚੁਗਦਿਆਂ ਨੂੰ ਵੀ ਦੇਖਿਆ, ਟਿੰਡੇ ਵੀ ਉਹ ਸਾਰੇ ਦੇਖੇ, ਹੱਥੀ ਅੱਖਾਂ ਦੇ ਨਾਲ ਸਾਰੀਆਂ ਚੀਜ਼ਾਂ ਤੱਕੀਆਂ ਤੇ ਤਾਂ ਕਰਕੇ ਜਿਹੜਾ ਇਹਨਾਂ ਦਾ ਪ੍ਰੈਕਟੀਕਲ ਹੈ ਉਹ ਸਭ ਤੋਂ ਵਧੀਆ। ਤੇ ਮੈਂ ਡਾਕਟਰ ਸਾਹਿਬ ਪੁੱਛਣਾ ਚਾਹੂੰਗਾ ਵੀ ਇਹ ਜਿਹੜਾ ਕਿਸਾਨ ਹੈ ਇਹਦੇ 2 ਕਿੱਲੇ ਜਿਹੜੇ ਬਿਲਕੁਲ ਤਬਾਹ ਹੋ ਰਹੇ ਸੀਗੇ, ਇਹਨਾਂ ਨੂੰ ਤੁਸੀਂ ਕਿਵੇਂ ਮਿਲੇ ਤੇ ਕਿਵੇਂ ਇਹ ਤੁਹਾਡੇ ਸੰਪਰਕ ਦੇ ਵਿੱਚ ਆਏ ਇਹਦੇ ਬਾਰੇ ਜਾਣਕਾਰੀ ਦਿਓ। ਮੈਂ ਆਪਦੇ ਦਫ਼ਤਰ ਬੈਠਾ ਸੀ, 19/6/2023 ਨੂੰ ਇੱਕ ਵੀਡੀਓ ਆਈ ਅੰਮ੍ਰਿਤ ਮਲਕਾਣਾ ਨੇ ਪਾਈ ਵੀ ਕਿਸਾਨ ਵੀਰੋ ਵੀ ਮਹਿਕਮੇ ਨੂੰ ਸਿਫਾਰਿਸ਼ ਕੀਤੀ, ਕੰਪਨੀਆਂ ਨੂੰ ਸਿਫਾਰਿਸ਼ ਕੀਤੀ ਵੀ ਇਹ ਕਿਸਾਨ ਨਰਮਾ ਵਾਹ ਰਿਹਾ, ਜੇ ਅੱਜ ਕਿ ਇਹਦੀ ਹਿੰਮਤ ਆ ਤਾਂ ਆ ਕੇ ਇਹਦੀ ਬਾਂਹ ਫੜ ਲਓ, ਆਪਾਂ ਕਿਸਾਨ ਨੂੰ ਨਰਮਾ ਵਾਹੁਣ ਤੋਂ ਬਚਾ ਲਈਏ। ਵੀਡੀਓ ਜਦੋਂ ਮੇਰੇ ਕੋਲ ਆਈ ਮੈਂ ਕਿਹਾ ਜੀ ਅੱਜ ਹੀ ਨਰਮਾ ਵਾਹ ਤਾਂ ਹਲੇ 26 ਝੋਨਾ ਲੱਗਣ ਦਾ ਟਾਈਮ ਹੈ। ਹਾਂਜੀ ਹਾਂਜੀ। ਅਤੇ ਮਾਲਵੇ ਦਾ ਪਾਣੀ ਵੀ ਬਹੁਤ ਮਾੜਾ ਹੈ। ਬਿਲਕੁਲ। ਵੇਖੋ ਵੇਖ ਲੋਕਾਂ ਨੇ ਚੰਗਾ ਕੰਮ ਕਰਨ ਵਾਹੁਣ ਵਾਲੇ ਪਾਸੇ ਦਾ ਛੇਤੀ ਜਾਂਦੇ ਆ। ਬਿਲਕੁਲ ਬਿਲਕੁਲ। ਸਾਰਾ ਮਾਲਵਾ ਨਰਮਾ ਵਾਧੂਗਾ, ਇਹਨਾਂ ਦਾ ਨਰਮਾ ਵਾਹੁੰਦਾ ਵੇਖ ਕੇ ਵੀ ਹੋਰ ਵੀ ਜਿਹੜੇ ਕਿਸਾਨ ਹੈ ਉਹ ਪ੍ਰਭਾਵਿਤ ਹੋ ਜਾਣਗੇ, ਉਹਨਾਂ ਦਾ ਵੀ ਹੌਸਲਾ ਡਿੱਗੂਗਾ ਤੇ ਹੌਸਲਾ ਜਿਹੜਾ ਬਣਾਉਣ ਵਾਸਤੇ ਡਾਕਟਰ ਸਾਹਿਬ ਉੱਥੇ ਪਹੁੰਚੇ। ਉਹ ਤੋਂ ਬਾਅਦ ਮੇਰੀ ਟੀਮ ਸੀਗੀ ਮੇਰੇ ਨਾਲ ਦੇ ਨੈਬ ਸਿੰਘ ਪੰਗੂ, ਜਸਪਾਲ ਸਿੰਘ ਰਾਮਾ ਮੰਡੀ ਸੀ। ਠੀਕ ਹੈ। ਮੈਂ ਕਿਹਾ ਯਾਰ ਕਿਸਾਨ ਕੋਲ ਅੱਜ ਹੀ ਜਾਓ ਤੁਸੀਂ ਤੇ ਇਹਨੂੰ ਇੰਨਾ ਦਿਲਾਸਾ ਦੇਣਾ ਜਾ ਕੇ ਵੀ ਕਿਸਾਨਾਂ ਤੂੰ ਨਰਮਾ ਨਾ ਵਾਹ ਤੇ ਰੌਲਾ ਇਹ ਆ ਵੀ ਮੇਰੇ ਨਾਲ ਮੇਰਾ ਨਰਮਾ ਕੋਈ ਅੱਧ ਤੇ ਵੀ ਲੈ ਲਓ। ਠੀਕ ਹੈ ਜੀ। ਤੁਸੀਂ ਵੀਡੀਓ ਵੀ ਅੱਧ ਤੇ ਵੀ ਲੈ ਲਓ। ਠੀਕ ਠੀਕ। ਮੈਂ ਕਿਹਾ ਵੀ ਅੱਧ ਤੇ ਇਹਨੂੰ ਕਹਿ ਵੀ ਦਵਾਈਆਂ ਅਸੀਂ ਦੇਵਾਂਗੇ ਤੈਨੂੰ ਸਾਰੀਆਂ ਕਰਨੀਆਂ ਤੈਨੂੰ ਪੈਣੀਆਂ। ਬਿਲਕੁਲ ਸਹੀ। ਤੇ ਜਿੰਨਾ ਤੇਰਾ ਖਰਚਾ ਹੋਇਆ ਜੇ ਨਰਮਾ ਤੇਰਾ 8 ਕੁਇੰਟਲ ਹੋ ਗਿਆ ਤਾਂ ਅਸੀਂ ਪੈਸੇ ਲਵਾਂਗੇ। ਠੀਕ ਹੈ ਜੀ। ਤੇ ਜੇ 8 ਕੁਇੰਟਲ ਤੋਂ ਘੱਟ ਗਿਆ ਸਾਡੀਆਂ ਦਵਾਈਆਂ ਗਈਆਂ ਤੇ ਤੇਰੀ ਮਿਹਨਤ ਗਈ। ਮਿਹਨਤ ਗਈ। ਤੇ ਪਰ ਅੱਜ ਦੇ ਹਾਲਾਤ ਇਹ ਸੀ ਵੀ ਰਾਮਾ ਮੰਡੀ ਦੇ ਵਿੱਚ ਕੋਈ ਰਾਮਾ ਮੰਡੀ ਕੀ ਆਮ ਪੰਜਾਬ 'ਚ ਹੀ ਨਰਮੇ ਵਾਲੇ ਕਿਸਾਨ ਨੂੰ ਕੋਈ ਦਵਾਈ ਦੇਣ ਨੂੰ ਤਿਆਰ ਨਹੀਂ। ਬਿਲਕੁਲ। ਅਗਲਾ ਕਹਿੰਦਾ ਕਲੇਸ਼ ਪਊਗਾ ਨਰਮਾ ਵਾਲਾ ਨਹੀਂ ਤੇ ਇੱਕ ਕਿਸਾਨ ਯੂਨੀਅਨ ਦਾ ਜ਼ੋਰ ਵਾਲਾ ਬਾਹਰ ਧਰਨੇ ਲਾਊ। ਹਾਂ ਠੀਕ ਹੈ। ਅਸੀਂ ਹਰੇਕ ਕਿਸਾਨ ਨੂੰ ਕਿਹਾ ਸੀ ਤੂੰ ਨਰਮਾ ਸਾਡੀ ਸਲਾਹ ਨਾਲ ਸਪਰੇ ਕਰ, ਜੇ ਤੇਰੇ ਨਰਮਾ ਨਾ ਆਊਗਾ ਅਸੀਂ ਦਵਾਈ ਦੇ ਪੈਸੇ ਨਹੀਂ ਲੈਂਦੇ। ਠੀਕ। ਪਰ ਜੇ ਪਤਾ ਅੱਜ ਆ ਕੇ ਹੁੰਦਾ ਸੀਜ਼ਨ ਲੰਘ ਚੁੱਕਿਆ। ਹਾਂਜੀ ਹਾਂਜੀ। ਤੇ ਕਿਸਾਨ ਨੇ ਸਾਡੇ ਆਖੇ ਲੱਗਿਆ, ਹੋਰ ਵੀ 15-10 ਕਿਸਾਨ ਮਲਕਾਣੇ ਦੇ ਆਖੇ ਲੱਗੇ, ਕੱਲ ਵੀ ਅਸੀਂ ਇਹਨਾਂ ਦੇ ਪਿੰਡ ਜਾ ਕੇ ਵੀਡੀਓ ਬਣਾ ਕੇ ਲਿਆਏ ਆ। ਠੀਕ ਹੈ। ਮੇਰੇ ਕੋਲ ਸਾਰੇ ਪਿੰਡ ਦੇ ਜਿਹੜੇ ਨਰਮੇ ਆ ਜਿਹੜੇ ਸਾਡੇ ਆ ਲੋ ਸਾਰੇ ਨਰਮਿਆਂ ਦਾ ਰੰਗ ਲਾਲ ਹੋ ਗਿਆ, ਤੁਸੀਂ ਵੇਖ ਕਿਤੇ ਆਉਂਦੇ ਹੋ। ਹਾਂ ਵਿੱਚੋਂ ਲਾਟ ਜੀ ਨਿਕਲ ਗਈ ਜਿਹਨੂੰ ਆਪਾਂ ਕਹਿ ਦਿੰਦੇ ਆ। ਸਾਡੇ ਇੱਕ ਵੀ ਪਲਾਟ ਨੇ ਸ਼ਾਟ ਨਹੀਂ ਮਾਰੀ। ਠੀਕ ਹੈ। ਜਿਹੜੇ ਪਲਾਟ ਤੁਹਾਡੇ ਕੋਲ ਇੱਥੇ ਹਰਾ ਕਿਹੜਾ ਸਾਰੇ ਪਲਾਟ ਅੱਜ ਵੀ ਖੇਤ 'ਚ ਇੰਨੇ ਖੜੇ ਆ। ਅੱਛਾ ਜੀ ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਈ ਤੇ ਮੈਂ ਕਿਸਾਨ ਭਰਾ ਨੂੰ ਵੀ ਸਾਡੇ ਨੂੰ ਪੁੱਛਣਾ ਚਾਹੂੰਗਾ ਵੀ ਤੁਸੀਂ ਪੂਰੀ ਤਿਆਰੀ ਕਰ ਰੱਖੀ ਸੀ ਵੀ ਅਸੀਂ ਇਹ ਜਿਹੜਾ ਨਰਮੇ ਦਾ ਖੇਤ ਹੈ ਇਹਨੂੰ ਵਾਹ ਦੇਣਾ। ਮੈਂ ਨਰਮਾ ਵਾਹਣੀ ਵਾ ਗਿਆ ਸੀ। ਅੱਛਾ ਜੀ ਠੀਕ ਹੈ। ਪਰ ਮੇਰੇ ਨਾਲ ਇੱਕ ਮੇਰਾ ਫਰੈਂਡ ਅੰਮ੍ਰਿਤ ਮਲਕਾਣਾ। ਠੀਕ ਹੈ। ਅਸੀਂ ਨਾ ਖੇਤੀਬਾੜੀਆਂ ਦੀਆਂ ਸੁਣ ਦਿੰਦੇ ਵੀ ਉਹ ਕਹਿੰਦੇ ਵੀ ਫੁੱਲ ਬੂਕੀ ਤੋੜੋ ਵੀ ਸੁੰਡੀ ਖਤਮ ਹੋਊ। ਠੀਕ ਹੈ। ਅਸੀਂ ਕਿਹਾ ਵੀ ਚਲੋ ਆਪਾਂ ਖੇਤੀਬਾੜੀ ਵਾਲ ਨੂੰ ਵੀ ਪੁੱਛਦੇ ਹਾਂ ਇਹਦਾ ਇਲਾਜ।
ਪਰ ਖੇਤੀਬਾੜੀ ਵਾਲਾ ਤਾਂ ਸਾਡੇ ਕੋਲ ਕੋਈ ਨਹੀਂ ਆ ਕੇ ਖੜਾ ਜੀ। ਅੱਛਾ ਜੀ। ਪਰ ਇਹਨਾਂ ਦੀ ਸਾਨੂੰ ਕਾਲ ਆਈ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਘੰਟੇ ਤੱਕ ਆਏ ਨੇ, ਤੁਸੀਂ ਨਰਮਾ ਬਾਹ ਹੋਣਾ ਜੀ। ਠੀਕ ਹੈ। ਅਸੀਂ ਨਹੀਂ ਬਾਹ, ਅਸੀਂ ਰੁਕ ਗਏ ਘੰਟੇ ਦੇ ਵਿੱਚ, ਵੀ ਸਾਡੇ ਕੋਲ ਖੇਤ ਆ ਗਿਆ ਜੀ। ਉਸ ਤੋਂ ਬਾਅਦ ਸਾਨੂੰ ਇਹ ਕਹਿੰਦੇ ਵੀ ਆਪਾਂ ਸਪਰੇਅ ਕਰਨੀ ਹੈ, ਅਤੇ ਜਿਹੜੀ ਅਸੀਂ ਕਹਾਂਗੇ ਸਪਰੇਅ ਕਰ ਦਿਓ, ਜੇ ਤਾਂ 20 ਮਣ ਕਿੱਲੇ ਦਾ ਹੋ ਗਿਆ ਤਾਂ ਸਾਨੂੰ ਪੈਸੇ ਦੇ ਦਿਓ, ਅਤੇ ਨਹੀਂ ਸਾਨੂੰ ਪੈਸੇ ਨਾ। ਅੱਜ ਨਰਮਾ ਬਹੁਤ ਵਧੀਆ ਚੁਗਾਈ ਕਰੀ ਹੈ, 20 ਮਣ ਕਿੱਲੇ ਦਾ ਨਰਮਾ ਚੁੱਕ ਲਿਆ ਜੀ। ਠੀਕ ਹੈ। ਦੋ ਚੋਣੀਆਂ ਚੁੱਕ ਲਿਆ ਨਰਮਾ ਜੀ। ਠੀਕ ਹੈ। 20 ਮਣ ਕਿੱਲੇ ਦਾ ਚੁੱਕ ਲਿਆ, ਅਤੇ ਪਿੱਛੇ ਵੀ ਹੈ ਕੁਛ ਨਾ ਕੁਛ, 10 ਮਣ ਨਰਮਾ ਆਰਾਮ ਨਾਲ ਮਗਰ ਹੈ। ਬਹੁਤ ਵਧੀਆ ਯਾਰ, 30 ਮਣ ਕਿੱਲੇ 8 ਕਨਾਲ ਦਾ ਕਿੱਲਾ, ਅਤੇ ਜਿਹੜਾ 30 ਮਣ ਨਰਮਾ ਇਹ ਕਹਿੰਦੇ ਵੀ ਹੋ ਸਕਦਾ, 20 ਮਣ ਇਹਨਾਂ ਨੇ ਚੁਗਿਆ ਹੋਇਆ, 10 ਮਣ ਹੋਰ ਇੱਥੋਂ ਨਿਕਲਣ ਦੀ ਪੂਰੀ ਆਸ ਹੈ। ਠੀਕ ਹੈ ਡਾਕਟਰ ਸਾਹਿਬ ਜੀ, ਇਸ ਵਾਰੀ ਅਸੀਂ 8 ਕੁਇੰਟਲ ਦੀ ਗਰੰਟੀ ਸੀ, ਅਗਲੀ ਨੈਕਸਟ ਵਾਰ ਅਸੀਂ 10 ਕੁਇੰਟਲ ਦੀ ਗਰੰਟੀ ਦੇਵਾਂਗੇ। ਅਸੀਂ ਮੇਲੇ ਦੇ ਪ੍ਰੋਗਰਾਮ ਨਾਲ ਜੁੜੇ, ਠੀਕ ਹੈ, ਅਸੀਂ ਉਹਦੀ 10 ਕੁਇੰਟਲ ਦੀ ਗਰੰਟੀ ਦੇਵਾਂਗੇ। ਕੋਈ ਕਿਸਾਨ ਸਾਡੇ ਨਾਲ ਕਰ ਲਏ 8 ਕੁਇੰਟਲ ਦੀ ਗਰੰਟੀ, ਅਗਲੇ ਮਾਰਚ ਦੇ ਮੇਲੇ ਤੇ 10 ਕੁਇੰਟਲ ਦੀ ਗਰੰਟੀ ਲਿਖ ਕੇ ਲਾਵਾਂਗੇ। ਬਹੁਤ ਵਧੀਆ, ਇਹ ਡਾਕਟਰ ਸਾਹਿਬ ਦਾ ਬਹੁਤ ਵਧੀਆ ਸੁਝਾਅ ਹੈ। ਇਸ ਤੋਂ ਬਿਨਾਂ ਜਿਹੜਾ ਹੋਰ ਡਾਕਟਰ ਸਾਹਿਬ ਕਹਿ ਰਹੇ ਆ, ਸਾਡਾ ਇੱਕ ਨਾਰਾ, ਅਸੀਂ ਕਹਿੰਦੇ ਵੀ ਮੋਦੀ ਸਾਹਿਬ ਨੇ ਕਿਹਾ ਸੀ 2014 'ਚ ਵੀ 2022 ਤੱਕ ਕਿਸਾਨ ਦੀਆਂ ਇਨਕਮ ਦੁੱਗਣੀ ਕਰਾਂਗੇ, ਅਸੀਂ ਕਹਿੰਦੇ ਕੋਈ ਫਾਰਮਰ ਸਾਡੇ ਨਾਲ ਬੈਠ ਕੇ ਉਹਦੀ ਫਸਲ ਵਾਸਤੇ ਸਾਡੇ ਨਾਲ ਟੇਬਲ 'ਤੇ ਬੈਠ ਕੇ ਗੱਲ ਕਰੇ, ਅਸੀਂ 6 ਮਹੀਨੇ 'ਚ ਉਹਦੀ ਜਿਹੜੀ ਬੱਚਤ ਹੈ ਉਹ ਅਸੀਂ ਦੁੱਗਣੀ ਕਰਾਂਗੇ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ, ਮੈਂ ਕਹਿੰਦਾ ਵੀ ਮਹਿਕਮੇ ਦੇ ਵਿੱਚ ਚੰਗੇ ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਕਿ ਇਹ ਸਮਝਦੇ ਆ ਕਿਸਾਨ ਦਾ, ਜਿਹੜੇ ਦੁੱਖ ਵੀ ਸਮਝਦੇ ਆ ਵੀ ਫਸਲ ਨਹੀਂ। ਕਈ ਤਾਂ ਜਿਹੜੇ ਹੈ ਇਕੱਲੀਆਂ ਕੁਰਸੀਆਂ ਦੇ ਉੱਤੇ ਬੈਠ ਕੇ ਉਹ ਏਸੀ ਪੱਖਿਆਂ ਦੀ ਹਵਾ ਲੈ ਕੇ ਘਰਾਂ ਨੂੰ ਚਲੇ ਜਾਂਦੇ ਆ, ਜਿਹੜੇ ਖੇਤਾਂ ਦੇ ਵਿੱਚ ਸਾਡੇ ਸਾਰ ਜਿਹੜੇ ਕਿਸਾਨ ਹੈ ਉਹਨਾਂ ਨੂੰ ਜਾ ਕੇ ਜਿਹੜੇ ਵੀ ਮਹਿਕਮੇ ਦੇ ਅਫਸਰ ਮਿਲਦੇ ਆ ਚੰਗੇ ਇਨਸਾਨ ਹੁੰਦੇ ਆ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੈ ਉਹ ਬਿਰਲੇ ਬਿਰਲੇ ਕਿਤੇ ਕਿਤੇ ਮਿਲਦੇ ਆ। ਅਤੇ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ, ਅਤੇ ਇਹ ਸਾਡੇ ਵੀਰ ਬੱਬੂ ਇਹਨਾਂ ਨੇ ਵੀ ਆਪਣੇ ਨਰਮੇ ਦੀ ਫਸਲ ਬਾਰੇ ਦੱਸਿਆ, ਅਸੀਂ ਇਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।